ਆਈ ਥਿੰਕ ਜੋ ਡਿਸੀਜਨ ਹੈ ਇਟ ਇਜ਼ ਗੁੱਡ। ਅਸੀਂ ਵੀ ਜਿਹੜਾ ਰਿਕਰੂਟਮੈਂਟ ਪੁਲਿਸ ਦੇ ਹੋਈ ਸੀ ਉਹਦੇ ਵਿੱਚ ਵੀ ਅਸੀਂ ਟੈਸਟ ਕਰਾਇਆ ਸੀ ਐਂਡ ਵੈਰੀ ਗੁੱਡ। ਪਰ ਇਕੱਲੇ ਉਹਦੇ ਨਾਲ ਸਲਿਊਸ਼ਨ ਨਹੀਂ ਹੋਣਾ, ਸਲਿਊਸ਼ਨ ਹੋਣਾ ਹੈ ਜੇ ਸਾਰਿਆਂ ਨੂੰ ਇਕੱਠੇ ਲੈ ਕੇ ਇੱਕ ਇੱਕ ਝੰਡੇ ਥੱਲੇ ਸਾਰੀ ਔਰਗਨਾਈਜੇਸ਼ਨ ਸਾਰੇ ਜਿਵੇਂ ਰਿਲੀਜੀਅਸ ਔਰਗਨਾਈਜੇਸ਼ਨ ਪੋਲੀਟੀਕਲ ਪਾਰਟੀ ਨੂੰ ਇਕੱਠਾ ਕਰਨ, ਇੱਕ ਮਿਸ਼ਨ ਲੈ ਕੇ ਚੱਲਣ ਕਿ ਆਪਾਂ ਪੰਜਾਬ 'ਚ ਨਸ਼ੇ ਦੇ ਜਿਹੜੇ ਵੇਚਦੇ ਉਹਨਾਂ ਖਿਲਾਫ਼ ਜੰਗ ਸ਼ੁਰੂ ਕਰੀਏ। ਅੱਜ ਅਮਨ ਅਰੋੜਾ ਔਰ ਤ੍ਰਿਪਤ ਬਾਜਵਾ ਗਏ ਥੇ ਵਹਾਂ ਪੇ ਤੋ ਉਹਨਾਂ ਅਮਨ ਅਰੋੜਾ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ। ਕਿਆ ਪੋਲੀਟੀਕਲ ਪਾਰਟੀਓ ਕੇ ਜੋ ਐਮ ਐਲ ਏਜ਼ ਹੈ 117 ਕੇ 117 ਜਾਣੇ ਚਾਹੀਏ? ਵਾਈ ਨਾਟ, ਇਕੱਲੇ ਐਮ ਐਲ ਏ ਨਹੀਂ ਸਾਰੇ, ਮੈਂ ਕਹਿੰਦਾ ਸਾਰੀ, ਇਟ ਇਜ਼ ਨਾਟ ਐਮ ਐਲ ਏ, ਇਟ ਇਜ਼ ਐਨ ਐਗਜ਼ਾਮਪਲ। ਆਪਾਂ ਇੱਕ ਦੂਜੇ ਨੂੰ ਕਹੋ ਤੂੰ ਜਾ ਯੇ ਜਾ, ਪਰਪਸ ਡੋਪ ਟੈਸਟ ਨਾ ਨਹੀਂ ਹੈ, ਪਰਪਸ ਸੋਲਵ ਹੋਣਾ ਹੈ ਕਿ ਇਹ ਪ੍ਰੋਬਲਮ ਨੂੰ ਕਿਵੇਂ ਹੱਲ ਕਰੀਏ। ਵੀ ਸ਼ੁਡ ਬੀ ਫਾਈਟ ਵਿਦ ਹਿਮ। ਸਿੱਧੂ ਨੇ ਆਪਣੇ ਆਪਕੀ ਡ੍ਰੀਮ ਪ੍ਰੋਜੈਕਟ ਥਾ ਉਸਕੋ ਲੈ ਕੇ ਕਿਹਾ ਕਿ ਅਬ ਯੇ ਨਿਲਾਮ ਹੋਗੀ ਕਿਉਂਕਿ ਬੜੇ ਭਾਰੀ ਘਾਟੇ ਮੇਂ ਚੱਲ ਰਹੀ ਹੈ। ਮੈਂ ਸਿੱਧੂ ਸਾਹਿਬ ਨੂੰ ਇੱਕ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਬੱਸ ਆਈ 10 ਦਿਨ ਚੱਲੀ, 10 ਦਿਨ ਬਾਅਦ ਬੰਦ ਕਿਹਨੇ ਕੀਤੀ? ਸਿੱਧੂ ਸਾਹਿਬ ਨੇ ਆਪ ਕੀਤੀ। ਐਂ ਨਹੀਂ ਹੈ ਕਿ ਖਰਾਬ ਹੋਈ ਸੀ ਜਾਂ ਕੁਛ ਹੋਈ ਸੀ, 10 ਦਿਨ ਚਲਾ ਕੇ ਆਪ ਹੀ ਬੰਦ ਕਰ ਦਿਓ ਅਤੇ ਫਿਰ ਆਪ ਕਿਹੋ ਕਿ ਤੁਸੀਂ ਘਾਟੇ 'ਚ ਹੈ, ਅਤੇ ਫਿਰ ਗੁਨਾਹਗਾਰ ਕੌਣ ਹੈ? ਦੋਸ਼ੀ ਤਾਂ ਉਹ ਹੈ ਸਿੱਧੂ ਸਾਹਿਬ। ਪਹਿਲੀ ਗੱਲ, ਮੈਂ ਹੈਰਾਨ ਹੈ, ਸਿੱਧੂ ਸਾਹਿਬ ਟੂਰਿਜ਼ਮ ਮਿਨਿਸਟਰ ਹੈ, ਟੂਰਿਜ਼ਮ ਨੂੰ ਪ੍ਰਮੋਟ ਕਰਨ ਵਾਸਤੇ ਇਨਫਰਾਸਟ੍ਰਕਚਰ ਬਿਲਡ ਕਰੀਦਾ। ਸਿੱਧੂ ਸਾਹਿਬ ਤਾਂ ਕਹਿੰਦੇ ਸੀ ਵਿਰਾਸਤੇ ਖਾਲਸਾ ਵੀ ਚਿੱਟਾ ਹਾਥੀ ਹੈ। ਕੀ ਵਿਰਾਸਤੇ ਖਾਲਸਾ ਜੋ ਬਾਦਲ ਸਾਹਿਬ ਨੇ ਬਣਾਇਆ, 500 ਕਰੋੜ ਰੁਪਇਆ ਲਾਇਆ, ਉਹਦੇ 'ਤੇ ਕੋਈ ਪ੍ਰੋਜੈਕਟ ਰਿਪੋਰਟ ਬਣਾਈ ਸੀ ਬਾਦਲ ਸਾਹਿਬ ਨੇ? ਆਹ ਇੱਕ ਸਿੱਖ ਇਤਿਹਾਸ ਦਾ ਮਿਊਜ਼ੀਅਮ ਬਣਾਇਆ, ਟੂਰਿਜ਼ਮ ਵੱਡਾ ਪ੍ਰੋਜੈਕਟ ਹੈ, ਉੱਥੇ ਕੋਈ ਅਸੀਂ ਫੀਸ ਵੀ ਨਹੀਂ ਚਾਰਜ ਕਰਦੇ ਉਹਦੇ 'ਤੇ, ਫਿਰ ਉੱਥੇ ਫਿਰ ਤਾਂ ਕਹੂਗਾ ਕਿ ਉਹ ਵੀ ਘਾਟੇ 'ਚ ਹੈ ਅਤੇ ਬੰਦ ਹੈ। ਜਿਹੜੇ ਇਹਨਾਂ ਨੇ ਜਿਹੜਾ ਹੈਗਾ, ਹੁਣੀ ਸਿੱਧੂ ਸਾਹਿਬ ਨੇ 25 ਕਰੋੜ ਰੁਪਇਆ ਜੰਗੇ ਆਜ਼ਾਦੀ ਨੂੰ ਦਿੱਤਾ, ਜੰਗੇ ਆਜ਼ਾਦੀ ਵੀ 300 ਕਰੋੜ ਨਾਲ, 300 ਸਾਢੇ 300 ਕਰੋੜ ਨਾਲ ਬਾਦਲ ਸਾਹਿਬ ਨੇ ਬਣਾਇਆ ਹੈ, 25 ਕਰੋੜ ਇਹਨੇ ਦਿੱਤਾ। ਕੀ ਉਹਨੇ ਸਿੱਧੂ ਸਾਹਿਬ ਨੇ 25 ਕਰੋੜ ਦੇਣ ਤੋਂ ਪਹਿਲੇ ਦੇਖਿਆ ਸੀ ਵਾਇਬਿਲਟੀ ਕਿ 350 ਕਰੋੜ ਦੇ ਕਿੰਨੀ ਆਮਦਨ ਆਉਂਦੀ ਉਹਦੇ 'ਤੇ? ਫਿਰ ਜੇ ਉਹਨੇ 25 ਕਰੋੜ ਦਿੱਤਾ ਤਾਂ ਆਮਦਨੀ ਚੈੱਕ ਕੀਤੀ ਸੀ ਉੱਥੇ ਵੀ ਕੋਈ ਆਮਦਨ ਕਰਕੇ ਨਹੀਂ ਦਿੱਤਾ ਸੀ? ਜਿਹੜਾ ਅਸੀਂ ਵਿਰਾਸਤੇ ਮਾਰਗ ਦਰਬਾਰ ਸਾਹਿਬ ਦੇ ਸਾਹਮਣੇ ਬਣਾਇਆ, ਜੋ ਕੀ ਅਸੀਂ ਉੱਥੇ ਟਿਕਟ ਲਾਈ ਹੈ? ਜੇ ਅਸੀਂ 200 ਕਰੋੜ ਰੁਪਏ ਉੱਥੇ ਖਰਚਿਆ, ਕੀ ਅਸੀਂ ਪ੍ਰੋਜੈਕਟ ਰਿਪੋਰਟ ਬਣਾ ਕੇ ਖਰਚਿਆ? ਕੀ ਉਹ ਚਾਹੁੰਦਾ ਕਿ ਸਿੱਧੂ ਸਾਹਿਬ ਕਿ ਉੱਥੇ ਟਿਕਟ ਲਈ ਜਾਏ ਕਿ ਉੱਥੇ ਪੈਸਾ ਕਮਾਉਣ ਦੀ ਕਰੇ? ਸਰਕਾਰਾਂ ਦਾ ਕੰਮ ਪੈਸਾ ਕਮਾਉਣਾ ਨਹੀਂ, ਇਨਫਰਾਸਟ੍ਰਕਚਰ ਕ੍ਰੀਏਟ ਕਰਨਾ ਹੈ। ਮੈਨੂੰ ਆਹੀ ਨਹੀਂ ਪਤਾ ਕਿ ਸਿੱਧੂ ਦੇ ਮਨ 'ਚ ਇੱਕੋ ਹੀ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਕੀਤਾ ਮੈਂ ਉਹਨੂੰ ਬੰਦ ਕਰਨਾ ਕਰਨਾ ਹੈ, ਭਾਵੇਂ ਪੰਜਾਬ ਦਾ ਨੁਕਸਾਨ ਹੋ ਜਾਏ। ਇਸ ਨਹੀਂ ਮੈਂਟਲ ਪੋਲੀਟਿਕਸ, ਵਨੇਟਾ ਤਾਂ ਉਹਦੇ ਕੋਲ ਕੀ ਕਰ ਲੂੰ ਮੇਰੇ ਨਾਲ ਵਨੇਟਾ, ਮੇਰਾ ਤਾਂ ਕੋਈ ਨੁਕਸਾਨ ਨਹੀਂ, ਮੈਨੂੰ ਕੀ ਫਰਕ ਪੈਂਦਾ? ਬੰਦ ਕਰ ਦੇ, ਸਾਰਾ ਬੰਦ ਕਰ ਦੇ, ਪੰਜਾਬ ਦੀ ਜਿਹੜੀ ਮੈਂ ਫਲਾਈਓਵਰ ਬਣਾਇਆ ਉਹ ਵੀ ਬੰਦ ਕਰ ਦੇ, ਏਅਰਪੋਰਟ ਬਣਾਇਆ ਉਹ ਵੀ ਬੰਦ ਕਰਾ ਦੇ, ਮੈਨੂੰ ਕੀ ਫਰਕ ਪੈਂਦਾ? ਉਹਦਾ ਤਾਂ ਕੰਮ ਹੈ ਬੰਦ ਕਰ, ਜੋ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਸਰਕਾਰ ਨੇ ਕੀਤਾ ਬੰਦ ਕਰਾਉਣਾ। ਵਿਰਾਸਤੇ ਖਾਲਸਾ ਦੀ ਜਿਹੜੀ ਕੰਪਨੀ ਸਫਾਈ ਕਰਦੀ ਸੀ ਉਹਦੀ ਸਫਾਈ ਕਰਨ ਦੀ ਤਨਖਾਹ, ਉਹਨਾਂ ਨੂੰ ਤਨਖਾਹ ਵੀ ਬੰਦ ਕਰ ਦਿੱਤੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਵਿਰਾਸਤੀ ਮਾਰਗ ਬਣਾਇਆ ਸੀ ਅੰਮ੍ਰਿਤਸਰ। ਆਹ ਤਾਂ ਸੋਚ ਉਹਦੀ, ਐਡੀ ਛੋਟੀ ਸੋਚ ਲੈਣ ਵਾਲਾ ਬੰਦਾ ਕਿਤੇ ਸਰਕਾਰ ਦੀ ਅਗਵਾਈ ਨਹੀਂ ਕਰ ਸਕਦਾ। ਨਸ਼ੇ ਦੇ ਮਾਮਲੇ 'ਤੇ ਕਾਂਗਰਸ ਬੜੇ ਪਿੱਛੇ।